ਹਾਂਜੀ ਦੋਸਤੋ, ਮੈਂ ਜੱਸਾ ਮੜੀ ਵਾਲਾ ਆਪ ਸਭ ਦਾ ਸਵਾਗਤ ਕਰਦਾ ਆਪਦੇ ਆਪਣੇ ਚੈਨਲ ਕਬੱਡੀ 105 ਉੱਤੇ। ਜੇਕਰ ਤੁਸੀਂ ਆਪਣੇ ਚੈਨਲ 'ਤੇ ਪਹਿਲੀ ਵਾਰ ਆਏ ਹੋ ਤਾਂ ਇਸ ਨੂੰ ਸਬਸਕ੍ਰਾਈਬ ਕਰਕੇ ਨਾਲ ਘੰਟੀ ਵਾਲੇ ਬਟਨ ਨੂੰ ਜ਼ਰੂਰ ਦੱਬ ਕੇ ਰੱਖਣਾ ਅਤੇ ਤੁਸੀਂ ਕਬੱਡੀ 105 ਨੂੰ ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਵੀ ਫੋਲੋ ਕਰ ਸਕਦੇ ਹੋ। ਕਰੋ ਨੋਟ, ਅੱਜ ਹੋਣ ਵਾਲੇ ਕਬੱਡੀ ਦੇ ਮੈਚ, ਅੱਜ 9 ਫਰਵਰੀ 2024 ਦਿਨ ਸ਼ੁੱਕਰਵਾਰ ਨੂੰ ਕਿੱਥੇ ਕਿੱਥੇ ਕਬੱਡੀ ਦੇ ਮੈਚ ਹੋਣਗੇ ਤਾਂ ਆਪ ਨੂੰ 10 ਜਗ੍ਹਾ ਬਾਰੇ ਦੱਸਾਂਗੇ ਜਿੱਥੇ ਅੱਜ ਕਬੱਡੀ ਦੇ ਮੈਚ ਹੋ ਰਹੇ ਆ। ਤਾਂ ਵੀਡੀਓ ਨੂੰ ਪੂਰੀ ਐਂਡ ਤੱਕ ਦੇਖਣਾ ਅਤੇ ਇਸ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ। ਅੱਜ ਦੋਸਤੋ ਕਬੱਡੀ ਦੇ ਮੈਚ ਕਰਵਾਏ ਜਾਣਗੇ, ਪਿੰਡ ਹੋਵੇਗਾ ਫਤਿਹਗੜ੍ਹ ਸਭਰਾਂ, ਜ਼ਿਲ੍ਹਾ ਹੋਵੇਗਾ ਫਿਰੋਜ਼ਪੁਰ। ਇੱਥੇ ਕਬੱਡੀ ਆਲ ਓਪਨ ਦੀਆਂ 8 ਕਲੱਬਾਂ ਖੇਡਣਗੀਆਂ ਅਤੇ ਪਹਿਲਾ ਇਨਾਮ ਹੋਵੇਗਾ 1.5 ਲੱਖ ਰੁਪਏ ਅਤੇ ਦੂਜਾ ਇਨਾਮ ਹੋਵੇਗਾ 1,21,000 ਰੁਪਏ। ਬੈਸਟ ਰੇਡਰ ਅਤੇ ਜਾਫੀ ਨੂੰ ਮੋਟਰਸਾਈਕਲ ਦਿੱਤੇ ਜਾਣਗੇ ਅਤੇ ਲਾਈਵ ਚੱਲੇਗਾ PunjabLive1.com ਦੇ ਜ਼ਰੀਏ। ਟੀਮਾਂ ਦੀ ਗੱਲ ਕਰੀਏ ਤਾਂ ਟੀਮਾਂ ਇੱਥੇ ਖੇਡਣਗੀਆਂ, ਪਹਿਲੀ ਟੀਮ ਹੋਵੇਗੀ ਸਰਹਾਲਾ ਰਣੂਆ, ਦੂਜੀ ਹੋਵੇਗੀ ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ ਜੋਗੇਵਾਲ, ਤੀਜੀ ਹੋਵੇਗੀ ਚੋਹਲਾ ਸਾਹਿਬ ਪਲੱਸ ਸਰਖਪੁਰ, ਚੌਥੀ ਹੋਵੇਗੀ ਬਾਬਾ ਵੀਰ ਸਿੰਘ ਕਬੱਡੀ ਕਲੱਬ ਵੱਡੇ ਸਭਰਾਂ ਅਤੇ ਪੰਜਵੀਂ ਹੋਵੇਗੀ ਭਾਈ ਲਖਵੀਰ ਸਿੰਘ ਕਬੱਡੀ ਕਲੱਬ ਕਰਿਆਲਾ, ਛੇਵੀਂ ਹੋਵੇਗੀ ਫਰੰਦੀਪੁਰ ਪਲੱਸ ਸਭਰਾ ਏ, ਸੱਤਵੀਂ ਹੋਵੇਗੀ ਬੈਂਕ ਆਫ ਰਵਾਈ ਪਲੱਸ ਸਭਰਾ ਬੀ ਅਤੇ 8ਵੀਂ DAV ਕਬੱਡੀ ਕਲੱਬ ਜਲੰਧਰ। ਇਹ ਇੱਥੇ 8 ਟੀਮਾਂ ਖੇਡਣਗੀਆਂ ਅਤੇ ਵਧੀਆ ਮੈਚ ਆਪ ਨੂੰ ਦੇਖਣ ਨੂੰ ਮਿਲਣਗੇ ਅੱਜ ਇੱਥੇ। ਇਸ ਤੋਂ ਅੱਗੇ ਜਿਹੜੇ ਕਬੱਡੀ ਦੇ ਮੈਚ ਹੋਣਗੇ ਇਹ ਮੈਚ ਕਰਵਾਏ ਜਾਣਗੇ ਦੋਸਤੋ, ਦੋਨਾ ਜੰਗ ਕਬੱਡੀ ਕਲੱਬ ਮੇਜਰ ਲੀਗ ਕਬੱਡੀ ਫੈਡਰੇਸ਼ਨ ਦਾ ਇੱਥੇ ਕੱਪ ਹੋਵੇਗਾ। ਇਹ ਮੇਲਾ ਇਸ ਵਾਰ ਸਰਾਏ ਖਾਮ ਅਤੇ ਵੱਡਾ ਲਹਿਣਾ ਦੀ ਧਰਤੀ 'ਤੇ ਕਰਵਾਇਆ ਜਾ ਰਿਹਾ। ਇੱਥੇ ਮੇਜਰ ਲੀਗ ਕਬੱਡੀ ਫੈਡਰੇਸ਼ਨ ਦੀਆਂ ਟੀਮਾਂ ਖੇਡਣਗੀਆਂ 8 ਚੋਟੀ ਦੀਆਂ ਅਤੇ ਪਹਿਲਾ ਇਨਾਮ ਹੋਵੇਗਾ 2.5 ਲੱਖ ਰੁਪਏ, ਦੂਜਾ ਇਨਾਮ ਹੋਵੇਗਾ 2 ਲੱਖ ਰੁਪਏ ਅਤੇ ਬੈਸਟ ਰੇਡਰ ਅਤੇ ਜਾਫੀ ਨੂੰ 51,000 ਰੁਪਏ ਅਤੇ ਲੈਵ ਇਸਦਾ ਚੱਲੇਗਾ MLK ਦੇ ਚੈਨਲ ਦੇ ਜ਼ਰੀਏ। ਇਸ ਤੋਂ ਅੱਗੇ ਜਿਹੜੇ ਕਬੱਡੀ ਦੇ ਮੈਚ ਹੋ ਰਹੇ ਆ ਇਹ ਮੈਚ ਕਰਵਾਏ ਜਾਣਗੇ ਮਲੂਕਾ ਜ਼ਿਲ੍ਹਾ ਬਠਿੰਡਾ ਦੇ ਵਿੱਚ। ਇੱਥੇ ਕਬੱਡੀ ਓਪਨ ਦੇ ਮੈਚ ਆ, 3 ਖਿਡਾਰੀ ਬਾਹਰੋਂ, ਪਹਿਲਾ ਇਨਾਮ 61,000 ਆ, ਦੂਜਾ ਇਨਾਮ 41,000 ਆ ਅਤੇ ਬੈਸਟ ਰੇਡਰ ਅਤੇ ਜਾਫੀ ਨੂੰ 15,000 ਰੁਪਏ ਹੋਣਗੇ ਅਤੇ ਕਬੱਡੀ 75 ਕਿਲੋ ਦੇ ਮੈਚ ਵੀ ਹੋ ਰਹੇ ਆ। 1 ਖਿਡਾਰੀ ਬਾਹਰੋਂ ਖੇਡੇਗਾ ਅਤੇ ਪਹਿਲਾ ਇਨਾਮ 9,900 ਅਤੇ ਦੂਜਾ ਇਨਾਮ 7,100 ਰੁਪਏ ਹੋਵੇਗਾ ਅਤੇ ਬੈਸਟਾਂ ਨੂੰ 2 ਕਿਲੋ ਦੇਸੀ ਘਿਓ ਹੋਵੇਗਾ ਅਤੇ ਲਾਈਵ ਚੱਲੇਗਾ kabaddi365.com ਦੇ ਜ਼ਰੀਏ। ਇਸ ਤੋਂ ਅੱਗੇ ਜਿਹੜੇ ਕਬੱਡੀ ਦੇ ਮੈਚ ਹੋ ਰਹੇ ਆ ਇਹ ਮੈਚ ਹੋ ਸਕਦੇ ਆ ਪਿੰਡ ਲਹਿਲ ਕਲਾਂ ਸੰਗਰੂਰ ਦੇ ਵਿੱਚ, ਵਜਨੀ ਕਬੱਡੀ ਦੇ ਮੈਚ ਹੋਣਗੇ ਇੱਥੇ। ਕਬੱਡੀ 65 ਕਿਲੋ ਦੇ ਮੈਚ ਹੋ ਸਕਦੇ ਆ, 65 ਕਿਲੋ ਦਾ ਪਹਿਲਾ ਇਨਾਮ 11,000, ਦੂਜਾ ਇਨਾਮ 9,900 ਰੁਪਏ ਅਤੇ 3 ਖਿਡਾਰੀ ਬਾਹਰੋਂ ਖੇਡ ਸਕਦੇ ਆ। ਇਸ ਤੋਂ ਅੱਗੇ ਜਿਹੜੇ ਕਬੱਡੀ ਦੇ ਮੈਚ ਹੋਣਗੇ ਇਹ ਮੈਚ ਕਰਵਾਏ ਜਾਣਗੇ ਰਾਏਕੋਟ ਦੇ ਵਿੱਚ। ਇੱਥੇ ਦੋਸਤੋ ਕਬੱਡੀ ਓਪਨ ਨਰੋਲ ਪੈਂਡਵਾਰ ਦੇ ਮੈਚ ਕਰਵਾਏ ਜਾਣਗੇ ਅਤੇ ਪਹਿਲਾ ਇਨਾਮ 31,000 ਰੁਪਏ ਆ, ਦੂਜਾ ਇਨਾਮ 21,000 ਰੁਪਏ ਆ ਅਤੇ ਕਬੱਡੀ ਨਰੋਲ ਓਪਨ ਪੈਂਡਵਾਰ 1 ਖਿਡਾਰੀ ਬਾਹਰੋਂ ਦੇ ਬੈਸਟ ਰੇਡਰ ਅਤੇ ਜਾਫੀ ਨੂੰ 40 ਇੰਚ ਦੀ LCD ਦਿੱਤੀ ਜਾਵੇਗੀ ਅਤੇ ਲਾਈਵ ਦੋਸਤੋ ਇਹਦਾ kabaddi365.com ਦੇ ਜ਼ਰੀਏ ਚੱਲ ਸਕਦਾ ਹੈ। ਇਸ ਤੋਂ ਅੱਗੇ ਜਿਹੜੇ ਕਬੱਡੀ ਦੇ ਮੈਚ ਹੋਣਗੇ ਇਹ ਮੈਚ ਕਰਵਾਏ ਜਾਣਗੇ ਪਿੰਡ ਸੂਰਤੀਏ ਅਤੇ ਇੱਥੇ ਦੋਸਤੋ ਅੱਜ ਵਜਨੀ ਕਬੱਡੀ ਦੇ ਮੈਚ ਆ। ਕਬੱਡੀ 50 ਕਿਲੋ ਅਤੇ 57 ਕਿਲੋ ਦੇ, 50 ਅਤੇ 57 ਕਿਲੋ ਵਿੱਚ 1-1 ਖਿਡਾਰੀ ਬਾਹਰੋਂ ਖੇਡੇਗਾ। 50 ਦਾ ਪਹਿਲਾ ਇਨਾਮ 5,100, ਦੂਜਾ ਇਨਾਮ 4,100 ਆ ਅਤੇ 57 ਕਿਲੋ ਦਾ ਪਹਿਲਾ ਇਨਾਮ 6,500 ਅਤੇ ਦੂਜਾ ਇਨਾਮ 5,500 ਰੁਪਏ ਆ ਅਤੇ ਲਾਈਵ ਚੱਲ ਸਕਦਾ pb31mansa.com ਦੇ ਜ਼ਰੀਏ। ਇਸ ਤੋਂ ਅੱਗੇ ਜਿਹੜੇ ਕਬੱਡੀ ਦੇ ਮੈਚ ਹੋਣਗੇ ਇਹ ਹੋਣਗੇ ਪਿੰਡ ਭਲਾਣਾ ਜ਼ਿਲ੍ਹਾ ਕਪੂਰਥਲਾ। ਇੱਥੇ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਦੀਆਂ 8 ਚੋਟੀ ਦੀਆਂ ਟੀਮਾਂ ਖੇਡਣਗੀਆਂ। ਇਸ ਤੋਂ ਅੱਗੇ ਜਿਹੜੇ ਕਬੱਡੀ ਦੇ ਮੈਚ ਹੋ ਰਹੇ ਆ ਇਹ ਕਰਵਾਏ ਜਾਣਗੇ ਨਿਧਾਂ ਵਾਲਾ ਜ਼ਿਲ੍ਹਾ ਮੋਗਾ। ਇੱਥੇ ਵੀ ਦੋਸਤੋ ਅੱਜ ਵਜਨੀ ਕਬੱਡੀ ਦੇ ਮੈਚ ਆ, ਕਬੱਡੀ 65 ਕਿਲੋ ਅਤੇ 55 ਕਿਲੋ ਦੇ,
55 ਕਿਲੋ ਦਾ ਪਹਿਲਾ ਇਨਾਮ 9000, ਦੂਜਾ ਇਨਾਮ 7000 ਅਤੇ ਕਬੱਡੀ 65 ਕਿਲੋ ਦਾ ਪਹਿਲਾ ਇਨਾਮ 12000 ਅਤੇ ਦੂਜਾ ਇਨਾਮ 9000 ਆ। 65 ਕਿਲੋ ਵਿੱਚ ਦੋ ਖਿਡਾਰੀ ਬਾਹਰੋਂ ਆ ਅਤੇ 55 ਕਿਲੋ ਵਿੱਚ ਵੀ ਦੋ ਖਿਡਾਰੀ ਬਾਹਰੋਂ ਆ। ਲਾਈਵ ਚੱਲੇਗਾ punjablive1.com ਦੇ ਜ਼ਰੀਏ। ਇਸ ਤੋਂ ਅੱਗੇ ਜਿਹੜੇ ਕਬੱਡੀ ਦੇ ਮੈਚ ਹੋ ਰਹੇ ਆ, ਇਹ ਮੈਚ ਕਰਵਾਏ ਜਾਣਗੇ। 65 ਹੋਵੇਗਾ ਰੈਲ ਮਾਜਰਾ, ਇੱਥੇ 65 ਕਿਲੋ ਅਤੇ ਆਲ ਓਪਨ ਪਿੰਡ ਪੱਧਰ ਦੋ ਖਿਡਾਰੀ ਬਾਹਰੋਂ ਦੇ ਮੈਚ ਕਰਵਾਏ ਜਾਣਗੇ। 65 ਕਿਲੋ ਦਾ ਪਹਿਲਾ ਇਨਾਮ 15000, ਦੂਜਾ ਇਨਾਮ 11000 ਅਤੇ ਬੈਸਟਾਂ ਨੂੰ 51-51-100। ਅਤੇ ਕਬੱਡੀ ਆਲ ਓਪਨ ਪਿੰਡ ਪੱਧਰ ਦੋ ਖਿਡਾਰੀ ਬਾਹਰੋਂ ਪਹਿਲਾ ਇਨਾਮ 31000 ਅਤੇ ਦੂਜਾ ਇਨਾਮ 21000 ਹੋਵੇਗਾ। ਬੈਸਟ ਰੇਟ ਤਾਂ ਜਾਫੀ ਨੂੰ 11-11000 ਰੁਪਏ ਹੋਣਗੇ। ਇਸ ਤੋਂ ਅੱਗੇ ਜਿਹੜੇ ਕਬੱਡੀ ਦੇ ਮੈਚ ਹੋ ਰਿਹਾ, ਇਹ ਹੋਣਗੇ ਪਿੰਡ ਰਗੌਲਾ, ਜ਼ਿਲ੍ਹਾ ਹੋਵੇਗਾ ਸੰਗਰੂਰ। ਇੱਥੇ ਕਬੱਡੀ ਓਪਨ ਪਹਿਲਾ ਇਨਾਮ 51000, ਦੂਜਾ ਇਨਾਮ 31000 ਅਤੇ ਇੱਕ ਖਿਡਾਰੀ ਬਾਹਰੋਂ ਹੋਵੇਗਾ। ਅਤੇ ਕਬੱਡੀ 58 ਕਿਲੋ ਦੇ ਮੈਚ ਵੀ ਹੋਣਗੇ, ਪਹਿਲਾ ਇਨਾਮ 9100, ਦੂਜਾ ਇਨਾਮ 7100 ਹੋਵੇਗਾ। ਤਾਂ ਇਹ ਸੀ ਦੋਸਤੋ ਅੱਜ ਵੱਖ ਵੱਖ ਜਗ੍ਹਾ 'ਤੇ ਹੋਣ ਵਾਲੇ ਕਬੱਡੀ ਦੇ ਮੈਚ। ਜਿਹੜੇ ਭਰਾ ਨੇ ਹਜੇ ਤੱਕ ਆਪਣੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਸਬਸਕ੍ਰਾਈਬ ਕਰ ਲਓ, ਅਤੇ ਜਿਨ੍ਹਾਂ ਨੇ ਵੀਡੀਓ ਫੇਸਬੁੱਕ ਦੇ ਜ਼ਰੀਏ ਦੇਖੀ ਹੈ ਤਾਂ ਉਹ ਆਪਣੇ ਪੇਜ ਨੂੰ ਲਾਈਕ ਅਤੇ ਫੋਲੋ ਜ਼ਰੂਰ ਕਰ ਲਓ।